अज विधानसभा हलका कादियां दे ब्लाक कानूवान दे विच मार कमेटी दे द्वारा सरदार फतेह जंग सिंह बाजवा दे निर्देशों दे अनुसार मार्ग कमेटी चेयरमैन जसबीर सिंह ढींसा, पोपल मसीह वाइस प्रधान डिस्ट्रिक कमेटी गुरदासपुर अते सुदेश कंडियारा जी क्रिश्चन कोआर्डीनेशन कमेटी पंजाब चेयरमैन अते होर उच्च कोटी दे अफसरों दे द्वारा मंडी दे विच झोने की खरीद चालू करवाई गई, जिस विच किसानां नूं पूर्ण तौर ते रेट दिता जाएगा अते किसानां नूं अपील है कि झोने नूं सुका के मंडी दे विच लै जावे तां जो अफसरां नूं अते किसानां नूं कोई भी दिक्कत ना होवे। कानूवान तों रविंदर गिल दी खास रिपोर्ट, इंडिया क्राइम न्यूज़ 24। विधानसभा हलका कादियां दे ब्लाक कानूवान दे विच जिथे कि तुहानूं पता ही है मंडियां दी खरीद जिहड़ी चालू हो चुकी है झोने दी, उस दे तहत असीं अज मंडी दा दौरा कर रहे हैं। मंडी दे विच पहुंचे हैं कि जो किसान इस जगह ते झोना लैके आ रहे हैं उन्हां नूं किस तरीके नाल डील किया जा रहा है, तो मंडी दे विच कोविड-19 दे दौरान किहड़ियां किहड़ियां फैसिलिटियां उपलब्ध हन, ये असीं जानांगे। उत्थों दी कमेटी कानूवान इत्थे अज असीं बोली कराउण लगे पहले दिन, ते इंस्पैक्टर साहब वालों ਢੇਰੀ ਕਲੀਅਰ ਕਰ ਦਿੱਤੀ ਗਈ ਹੈ ਜਿਹੜੀ ਵੀ ਸਹੀ ਰੇਟ ਮਿਲਿਆ, ਅਤੇ ਹੋਰ ਅਜੇ ਕੋਈ ਢੇਰੀ ਆਈ ਨਹੀਂ ਹੈਗੀ, ਅਤੇ ਇੱਥੇ ਸੁਚੱਜੇ ਪ੍ਰਬੰਧ ਆ, ਪਾਣੀ ਦੇ, ਛਾਂ ਦੇ, ਲਾਈਟਾਂ ਵਧੀਆ ਕੀਤੀਆਂ ਗਈਆਂ, ਸਾਰੇ ਪ੍ਰਬੰਧ ਮੁਕੰਮਲ ਹੈ ਜੀ। ਕੋਵਿਡ-19 ਨੂੰ ਮੱਦੇਨਜ਼ਰ ਰੱਖਦੇ ਨੇ ਉਹ ਕੀਤੇ ਗਏ ਆਪਣਾ ਮਾਰਕ ਕਮੇਟੀ ਕਾਨੂੰਨ ਦੀ ਮੰਡੀ ਦੀ ਖਰੀਦ ਸ਼ੁਰੂ ਬਾਅਦ ਕੰਮ ਕੀਤੀ ਗਈ ਹੈ। ਸਾਡੇ ਚੇਅਰਮੈਨ ਸਾਹਿਬ ਉਹਨਾਂ ਦਿਸ਼ਾ ਨਿਰਦੇਸ਼ਾਂ ਅਨੁਸਾਰ, ਸਾਡੇ ਬਾਜਾ ਸਾਹਿਬ ਉਹਨਾਂ ਦੇ ਹਦਾਇਤਾਂ ਅਨੁਸਾਰ ਬੜੇ ਸੁਚੱਜੇ ਢੰਗ ਦੇ ਨਾਲ ਇਹ ਜਿਹੜੀ ਸਾਡੀ ਮੰਡੀ ਕਾਨੂੰਨ ਮੰਡੀ ਹੈਗੀ ਹੈ, ਇਹਦੇ ਵਿੱਚ ਜਦੋਂ ਕੋਈ ਜ਼ਿਮੀਂਦਾਰ ਬਾਹਰੋਂ ਆਪਣੀ ਟਰਾਲੀ ਵਗੈਰਾ ਲੈ ਕੇ ਆਉਂਦਾ ਉਹਦੇ ਵਾਸਤੇ ਉੱਥੇ ਪਾਣੀ ਦਾ ਹੱਥ ਧੋਣ ਦਾ ਪ੍ਰਬੰਧ, ਸੈਨੇਟਾਈਜ਼ਰ ਦਾ ਪ੍ਰਬੰਧ ਪੂਰਾ ਵਧੀਆ ਤਰੀਕੇ ਨਾਲ ਕੀਤਾ ਗਿਆ। ਬਾਕੀ ਪੂਰੀ ਮੰਡੀ ਦੀ ਸਾਫ਼ ਸਫਾਈ ਕੀਤੀ ਗਈ ਆ, ਔਰ ਜ਼ਿਮੀਂਦਾਰ ਨੂੰ ਇਸ ਜਿਣਸ ਦਾ ਪੂਰਾ ਰੇਟ 1888 ਰੁਪਈਏ ਪੂਰਾ ਰੇਟ ਜ਼ਿਮੀਂਦਾਰ ਹੁੰਦਾ, 1 ਰੁਪਈਆ ਵੀ ਉਹ 'ਚ ਮਤਲਬ ਘੱਟ ਨਹੀਂ ਲੱਗਿਆ। ਔਰ ਇਸ ਜ਼ਿਮੀਂਦਾਰ ਵੀ ਵਧਾਈ ਦਾ ਪਾਤਰ, ਸੁੱਕੀ ਫਸਲ ਆਪਣੀ ਇੱਥੇ ਲੈ ਕੇ ਆਇਆ, ਔਰ ਸਾਡੀ ਜਿਹੜੀ ਮਾਰਕ ਕਮੇਟੀ ਦੇ ਆਪਣੇ ਦਫ਼ਤਰ ਦੇ ਮੁਲਾਜ਼ਮ ਹੈਗੇ ਆ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਰਾ ਮਤਲਬ ਪ੍ਰਬੰਧ ਮੁਕੰਮਲ ਕੀਤਾ, ਔਰ ਆਪਾਂ ਨੂੰ ਇਹ ਮਤਲਬ ਪੂਰੇ ਵਧਾਈ ਦੇ ਪਾਤਰ ਆ। ਕਿਸੇ ਵੀ ਕਿਸਮ ਦੀ ਕੋਈ ਗੁਜਾਇਸ਼ ਇਹਨਾਂ ਨੇ ਨਹੀਂ ਰਹਿਣ ਦਿੱਤੀ ਹੈਗੀ। ਉਹਦੇ ਕੁਝ ਬਹੁਤ ਮੇਰੇ ਸਾਥੀ ਅਤੇ ਕਿਸਾਨ ਭਰਾ ਅਤੇ ਮੰਡੀ ਦੇ ਵਿੱਚ ਅਫਸਰਸ਼ਾਹੀ, ਉਹਨਾਂ ਨੇ ਸਾਨੂੰ ਦੱਸਿਆ ਕਿ ਜੋ ਇਹ ਝੋਨੇ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਉਸ ਦੇ ਵਿੱਚ ਉਹਨਾਂ ਦੀ ਜਿਹੜੀ ਉਹ ਖਰੀਦਦਾਰੀ ਆ ਬਿਲਕੁਲ ਮੁਕੰਮਲ ਤਰੀਕੇ ਨਾਲ ਚੱਲ ਰਹੀ ਆ, ਅਤੇ ਜ਼ਿਮੀਂਦਾਰਾਂ ਦੇ ਆਉਣ ਵਾਸਤੇ ਇਸ ਜਗ੍ਹਾ 'ਤੇ ਖਾਸ ਪ੍ਰਬੰਧ ਕੀਤਾ ਗਿਆ ਆ। ਮੰਡੀ ਨੂੰ ਬਿਲਕੁਲ ਸੁਚੱਜੇ ਤਰੀਕੇ ਨਾਲ ਸਾਫ਼ ਅਤੇ ਸਫਾਈ ਕੀਤੀ ਗਈ, ਅਸੀਂ ਜਾਣਾਂਗੇ ਹੋਰ ਪ੍ਰਬੰਧਕਾਂ ਦੇ ਕੋਲੋਂ। ਹਾਂਜੀ ਸਰ, ਮੈਂ ਵਿਸ਼ਾਲ ਇੰਸਪੈਕਟਰ ਵੇਰੋ ਸੀ। ਅੱਜ ਵੀ ਜੀ 2010-20 ਨੂੰ ਅੱਜ ਮੰਡੀ ਕਾਨੂੰਨ 'ਚ ਪਹਿਲੀ ਖਰੀਦ ਸ਼ੁਰੂ ਕੀਤੀ ਹੈ। ਜਿਹੜੀ ਢੇਰੀ ਸਾਡੀ ਰੇਂਜ 'ਚ ਆਈ ਹੈ, ਮੋਇਸਚਰ ਆਇਆ, ਉਹ ਸਾਰੀ ਢੇਰੀ ਪੂਰੀ ਖਰੀਦਾਂਗੇ, ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਕੱਟ ਵਗੈਰਾ ਕੁਛ ਨਹੀਂ ਲਾਇਆ ਜਾਏਗਾ। ਅਤੇ ਅੱਜ ਜਿੰਨੀਆਂ ਢੇਰੀਆਂ, ਅੱਜ 2 ਢੇਰੀਆਂ ਆਈਆਂ ਸੀਗੀਆਂ, ਉਹ ਸਾਡੀ ਰੇਂਜ 'ਚ ਹੀ, ਸਾਰੀ ਸਪੈਸੀਫਿਕੇਸ਼ਨ ਦੇ ਵਿੱਚ ਇਹ ਦੋਨਾਂ ਢੇਰੀਆਂ ਪਰਚੇਜ਼ ਪਾ ਦਿੱਤੀ ਆ, ਅਤੇ ਅੱਜ ਅਸੀਂ ਪਰਚੇਜ਼ ਸ਼ੁਰੂ ਕਰ ਦਿੱਤੀ ਹੈ। ਸਾਰੇ ਅੱਜ ਕਿਸਾਨਾਂ ਨੂੰ ਇਹੀ ਹੈ ਕਿ ਮਾਲ ਥੋੜ੍ਹਾ ਸੁੱਕਾ ਲੈ ਕੇ ਆਉਣ ਕਿ ਸਾਨੂੰ ਇੱਥੇ ਕੋਈ ਦਿੱਕਤ ਨਾ ਆਵੇ, ਅਤੇ ਬਸ ਮੋਇਸਚਰ ਦਾ ਧਿਆਨ ਰੱਖਦੇ ਹੋਏ ਕੰਮ ਅੱਗੇ ਚਾਲੂ ਰੱਖਦੇ। ਠੀਕ ਹੈ ਜੀ, ਇਹ ਸੀ ਸਾਡੇ ਨਾਲ ਮਾਰਕ ਕਮੇਟੀ ਦੇ ਕੁਝ ਨੁਮਾਇੰਦੇ। ਇਹਨਾਂ ਦਾ ਕਹਿਣਾ ਹੈ ਕਿ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਜੋ ਵੀ ਝੋਨਾ ਇਸ ਜਗ੍ਹਾ ਉੱਤੇ ਲੈ ਕੇ ਆਉਣ ਮੁਕੰਮਲ ਤਰੀਕੇ ਨਾਲ ਸੁੱਕਾ ਹੋਣਾ ਚਾਹੀਦਾ ਹੈ ਤਾਂ ਜੋ ਉਹਨਾਂ ਨੂੰ ਅਤੇ ਸਾਨੂੰ ਕੋਈ ਪਰੇਸ਼ਾਨੀ ਨਾ ਹੋਵੇ। ਦੇਖਦੇ ਰਹੋ ਇੰਡੀਆ ਕ੍ਰਾਈਮ ਨਿਊਜ਼ 24, ਰਵਿੰਦਰ ਗਿੱਲ, ਕੈਮਰਾਮੈਨ ਮਿਲਸਰ ਰਤਨ ਦੇ ਨਾਲ, ਕਾਨੂੰਨ।